ਇਹ ਆ ਦੋਸਤੋ ਪੰਜਾਬੀ ਸਿੰਗਰ ਹਰਭਜਨ ਮਾਨ ਦਾ ਪਿੰਡ। ਪਿੰਡ ਵਿੱਚ ਕੋਈ ਬੰਦਾ ਇਸ ਕਰਕੇ ਨਹੀਂ ਦੇਖਦਾ ਵੀ 80% ਲੋਕ ਜਿਹੜੇ ਪਿੰਡ ਦੇ ਕੈਨੇਡਾ ਗਏ ਹੋਏ ਆ। ਇੱਕ ਹਰਭਜਨ ਮਾਨ ਆ। ਅੱਛਾ, ਉਹਨਾਂ ਦੇ ਇੱਕ ਭਰਾ ਦੀ ਡੈਥ ਹੋ ਗਈ ਸੀ, ਉਹਨਾਂ ਦਾ ਨਾਂ ਕੀ ਸੀ? ਭੋਲਾ ਸਿੰਘ ਸੀਗਾ ਜੀ। ਭੋਲਾ ਸਿੰਘ। ਆ ਜਿਹੜਾ ਤੁਸੀਂ ਸਕੂਲ ਵੇਖ ਰਹੇ ਹੋ, ਇਸ ਸਕੂਲ ਦੇ ਵਿੱਚ ਹਰਭਜਨ ਮਾਨ 8ਵੀਂ ਜਮਾਤ ਤੱਕ ਪੜ੍ਹਿਆ ਤੇ ਉਦੋਂ ਬਾਅਦ ਜਿਹੜਾ ਕੈਨੇਡਾ ਚਲਾ ਗਿਆ ਸੀਗਾ। ਤਾਂ ਵੀ ਹਰਭਜਨ ਮਾਨ ਚ ਆਈ ਕੋਈ ਇਹੋ ਜਿਹੀ ਤਬਦੀਲੀ ਵੀ ਜਿਵੇਂ ਤੁਹਾਡੇ ਨਾਲ 8ਵੀਂ ਜਮਾਤ ਚ ਪੜ੍ਹਦੇ ਸੀ ਉਦੋਂ ਇਕੱਠੇ ਖੇਡਦੇ ਸੀਗੇ, ਉਦੋਂ ਬਾਅਦ ਉਹ ਸਟਾਰ ਬਣ ਗਿਆ ਤੇ ਉਦੋਂ ਬਾਅਦ ਹੁਣ ਉਹਨਾਂ ਦਾ ਮਿਲਣ ਦਾ ਤਰੀਕਾ ਬਦਲ ਗਿਆ ਜਾਂ ਫਿਰ ਉਹੀ ਆ? ਬਦਲ ਗਿਆ ਜੀ, ਬਦਲ ਗਿਆ, ਬਦਲ ਗਿਆ ਜੀ, ਹਾਂਜੀ ਬਦਲ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਹੈ ਪੰਜਾਬ ਦੇ ਮਾਨ ਹਰਭਜਨ ਮਾਨ ਦਾ ਘਰ ਤੇ ਉਹਨਾਂ ਦੇ ਪਿੰਡ ਪਹੁੰਚਿਆ ਜੀ ਖੇਮੂਆਣਾ, ਜਿਹੜਾ ਉੱਪਰ ਤੁਸੀਂ ਨਾਮ ਦੇ ਲਿਖਿਆ ਦੇਖ ਰਹੇ ਹੋ ਸਰਦਾਰ ਹਰਨੇਕ ਸਿੰਘ, ਉਹਨਾਂ ਦੇ ਪਿਤਾ ਦਾ ਨਾਮ ਹੈ ਤੇ ਸਰਦਾਰ ਆਨੰਦ ਸਿੰਘ ਉਹਨਾਂ ਦੇ ਦਾਦੇ ਦਾ ਨਾਮ ਹੈ। 1962 ਦੇ ਵਿੱਚ ਜਿਹੜਾ ਇਹ ਘਰ ਪਿਆ ਸੀ, ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਐਡਾ ਵੱਡਾ ਘਰ ਜਿਹੜਾ ਹਰਭਜਨ ਮਾਨ ਜੀ ਦਾ 1962 ਵਿੱਚ ਪਿਆ ਸੀ, ਜਦ ਦੀ ਪੁਸ਼ਟੀ ਜਿਹੜੇ ਹਰਭਜਨ ਮਾਨ ਜੀ ਸਰਦਾਰ ਸੀ, ਕਿੰਨੇ ਭੈਣ ਭਰਾ ਸੀ, ਕਿਵੇਂ ਉਹਨਾਂ ਦੇ ਭਰਾ ਦੀ ਡੈਥ ਹੋਈ ਸੀ, ਉਹ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਇੱਧਰ ਜਿਹੜਾ ਪਿੰਡ ਤੋਂ ਆਪਾਂ ਆਏ ਹਾਂ ਅਤੇ ਇੱਧਰਲੇ ਪਾਸੇ ਜਿਹੜੀ ਪਿੰਡ ਦੀ ਫਿਰਨੀ ਹੈ, ਤਾਂ ਅੱਜ ਦੋਸਤੋ ਗੱਲਾਂ ਬਾਤਾਂ ਕਰਦੇ ਹਾਂਗੇ। ਵੀਡੀਓ ਸ਼ੇਅਰ ਜ਼ਰੂਰ ਕਰਿਓ। ਜਿਹੜੀ ਮਿੱਟੀ ਵਾਜਾਂ ਮਾਰਦੀ ਫਿਲਮ ਇੱਥੇ ਬਣੀ ਸੀ? ਉਹ ਬਣੀ ਸੀਗੀ। ਅੱਛਾ, ਇੱਥੇ ਬਣੀ। ਹਾਂਜੀ। ਤਾਂ ਦੋਸਤੋ ਹਰਭਜਨ ਮਾਨ ਜੀ ਦੇ ਘਰ ਮੂਹਰੇ ਖੜੇ ਹਾਂ ਅਤੇ ਉਹਨਾਂ ਦੇ ਕਲਾਸ ਫੈਲੋ ਆਪਾਂ ਨੂੰ ਮਿਲੇ ਨੇ ਜਿਹੜੇ ਉਹਨਾਂ ਨਾਲ 8ਵੀਂ ਜਮਾਤ ਵਿੱਚ ਨਾਲ ਪੜ੍ਹਦੇ ਸੀ, ਅਤੇ ਆ ਜੋ ਗੱਲਾਂ ਬਾਤਾਂ ਜਾਣਦੇ ਆ ਉਹਨਾਂ ਦੀ ਜ਼ਿੰਦਗੀ ਬਾਰੇ, ਹੈ ਨਾ? ਤਾਂ ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ? ਹਾਂ ਠੀਕ ਹੈ ਜੀ। ਅੱਛਾ ਬਾਪੂ ਜੀ, ਦੱਸੋ ਕੁਝ ਕਿੱਸੇ ਹਰਭਜਨ ਮਾਨ ਜੀ ਦੇ, ਤੁਹਾਡੇ ਨਾਲ ਪੜ੍ਹਦੇ ਸੀ ਉਹ? ਹਾਂਜੀ ਹਾਂਜੀ ਹਾਂਜੀ। ਕਿਹੜੀ ਕਲਾਸ 'ਚ ਜੀ? 8ਵੀਂ ਕਲਾਸ 'ਚ। ਅੱਛਾ, 8ਵੀਂ ਕਲਾਸ 'ਚ ਇਕੱਠੇ ਪੜ੍ਹਦੇ ਸੀ? ਹਾਂਜੀ ਹਾਂਜੀ। ਅੱਛਾ, ਉਹਨਾਂ ਨੂੰ ਜਿਹੜਾ ਗਾਣ ਦਾ ਸ਼ੌਂਕ ਸੀਗਾ ਉਹ ਬਚਪਨ ਦੇ ਵਿੱਚ ਸੀਗਾ ਜਾਂ ਬਾਅਦ 'ਚ ਪਏਗਾ? ਬਚਪਨ ਦੇ ਵਿੱਚ। ਅੱਛਾ, ਜਦੋਂ ਮਤਲਬ ਤੁਹਾਡੇ ਨਾਲ ਪੜ੍ਹਦੇ ਸੀਗੇ ਉਦੋਂ ਗਾਉਂਦੇ ਸੀਗੇ? ਹਾਂਜੀ ਗਾਉਂਦੇ ਸੀਗੇ ਜੀ। ਅੱਛਾ, ਮਤਲਬ ਤੁਸੀਂ ਤਾਂ ਹੀ ਲੱਗੇ ਜੀ ਗਾਣ ਉਹਨਾਂ ਨੂੰ? ਅਸੀਂ ਲੱਗੇ ਜੀ। ਅੱਛਾ ਜੀ, ਕਿੰਨੇ ਭਰਾ ਸੀ ਹਰਭਜਨ ਮਾਨ? 4 ਸੀਗੇ ਜੀ। ਅੱਛਾ, ਕੀ ਨਾਮ ਪਤਾ ਜੀ ਤੁਹਾਨੂੰ ਯਾਦ ਉਹਨਾਂ ਦੇ? ਦਰਸ਼ਨ ਸਿੰਘ ਵੱਡਾ ਭਰਾ ਸੀਗਾ। ਅੱਛਾ ਜੀ। ਉਸ ਤੋਂ ਬਾਅਦ ਸੀਗਾ ਭੋਲਾ ਸਿੰਘ। ਇੱਕ ਭੋਲਾ ਸਿੰਘ ਸੀ? ਹਾਂਜੀ। ਤੇ ਗੁਰਸੇਵ ਕੁਮਾਰ ਜੀ? ਗੁਰਸੇਵ ਕੁਮਾਰ ਛੋਟਾ ਹੈਗਾ। ਅੱਛਾ, ਇੱਕ ਹਰਭਜਨ ਮਾਨ ਆ। ਅੱਛਾ, ਉਹਨਾਂ ਦੇ ਇੱਕ ਭਰਾ ਦੀ ਡੈਥ ਹੋ ਗਈ ਸੀ, ਉਹਨਾਂ ਦਾ ਨਾਂ ਕੀ ਸੀ? ਭੋਲਾ ਸਿੰਘ ਸੀਗਾ ਜੀ। ਭੋਲਾ ਸਿੰਘ, ਇੱਥੇ ਪਿੰਡ ਜੀ ਡੈਥ ਹੋਈ ਸੀ ਉਹਨਾਂ ਦੀ? ਨਾ, ਬਾਹਰ ਹੋਈ ਕੈਨੇਡਾ ਚ। ਅੱਛਾ, ਬਾਹਰ ਕੈਨੇਡਾ ਚ ਡੈਥ ਹੋਈ ਸੀ। ਅੱਛਾ, ਤੇ ਹੋਰ ਫੈਮਿਲੀ ਚ ਕੌਣ ਕੌਣ ਨੇ ਹਰਭਜਨ ਮਾਨ ਜੀ ਦੇ? ਇੱਥੇ ਉਹਦੀ ਮਾਸੀ ਰਹਿੰਦੀ ਹੈਗੀ, ਨਾਲ ਹੀ ਘਰ ਹੈਗਾ। ਅੱਛਾ, ਮਾਸੀ ਨਾਲ ਰਹਿੰਦੇ ਆ। ਹਾਂ। ਤੇ ਭੈਣਾਂ ਵੀ ਸੀ? ਭੈਣਾਂ ਸੀਗੀਆਂ ਤਿੰਨ। ਤਿੰਨ ਭੈਣਾਂ ਸੀ? ਹਾਂਜੀ। ਅੱਛਾ, ਸ਼ਿੰਦਰ ਕੌਰ। ਅੱਛਾ ਜੀ। ਬਿੰਦਰ ਕੌਰ। ਠੀਕ ਹੈ ਜੀ। ਤੇ ਮੂਰਤੀ। ਅੱਛਾ ਜੀ। ਹਾਂਜੀ। ਤੇ ਬਾਪੂ ਜੀ, ਇੱਕ ਸੁਭਾਅ ਦੱਸੋ ਹੈ ਨਾ, ਕੋਈ ਨਾ ਵੀ ਮਤਲਬ ਜਦੋਂ ਚੱਲ ਜਾਂਦਾ ਹੈਗਾ, ਵੱਡਾ ਬੰਦਾ ਬਣ ਜਾਂਦਾ ਹੈ ਨਾ, ਤਾਂ ਸੁਭਾਅ ਬਹੁਤ ਬਦਲ ਜਾਂਦਾ ਉਸ ਸਿੰਗਰ ਦਾ ਕਹਿ ਦਈਏ, ਉਸ ਇਨਸਾਨ ਦਾ ਕਹਿ ਦਈਏ, ਹੈ ਨਾ? ਤਾਂ ਵੀ ਹਰਭਜਨ ਮਾਨ 'ਚ ਆਈ ਕੋਈ ਇਹੋ ਜਿਹੀ ਤਬਦੀਲੀ ਵੀ ਜਿਵੇਂ ਤੁਹਾਡੇ ਨਾਲ 8ਵੀਂ ਜਮਾਤ 'ਚ ਪੜ੍ਹਦੇ ਸੀ ਉਦੋਂ ਇਕੱਠੇ ਖੇਡਦੇ ਸੀਗੇ, ਉਦੋਂ ਬਾਅਦ ਉਹ ਸਟਾਰ ਬਣ ਗਿਆ ਤੇ ਉਦੋਂ ਬਾਅਦ ਹੁਣ ਉਹਨਾਂ ਦਾ ਮਿਲਣ ਦਾ ਤਰੀਕਾ ਬਦਲ ਗਿਆ ਜਾਂ ਫਿਰ ਉਹੀ ਆ? ਬਦਲ ਗਿਆ ਜੀ, ਬਦਲ ਗਿਆ, ਬਦਲ ਗਿਆ ਜੀ। ਹਾਂਜੀ, ਬਦਲ ਗਿਆ। ਅੱਛਾ, ਵੀ ਉਸ ਤਰੀਕੇ ਨਾਲ ਹੀ ਮਿਲਦਾ ਹੁਣ? ਉਸ ਤਰੀਕੇ ਨਾਲ ਨਹੀਂ ਮਿਲਦਾ। ਅੱਛਾ ਜੀ, ਕਿੰਨੇ ਕੁ ਟਾਈਮ ਬਾਅਦ ਪਿੰਡ ਆ ਜਾਂਦੇ ਆ? ਉਹ ਕੈਨੇਡਾ ਗਏ ਜੀ ਹੁਣ। ਕੈਨੇਡਾ ਗਏ ਹੋਇਆ? ਹਾਂਜੀ। ਪਿੰਡ ਮਾਰ ਜਾਂਦੇ ਗੇੜ ਸਾਲ ਦੇ ਵਿੱਚ? ਉਹ ਸਿਆਲ ਚ ਆਉਣਗੇ ਜੀ। ਸਿਆਲ ਚ ਆਉਣਗੇ? ਹਾਂਜੀ। ਅੱਛਾ ਬਾਪੂ ਜੀ, ਤੇ ਹੋਰ ਕੋਈ ਕਿੱਸਾ ਕੋਈ ਸਾਂਝਾ ਕਰੋਗੇ, ਕੋਈ ਹੋਵੇ ਕਿੱਥੋਂ ਉਹ ਗਾਣਾ ਸਿੱਖੇ ਨੇ? ਮਤਲਬ ਉਹ ਸੰਤਾਂ ਦੀ ਕੁਟਿਆ ਸੀਗੀ ਇੱਥੇ। ਅੱਛਾ ਜੀ। ਇੱਥੋਂ ਗਾਉਣ ਸਿੱਖੇ ਆ ਉਹ? ਠੀਕ ਆ ਜੀ। ਉਹਨਾਂ ਦਾ ਗੁਰੂ ਸੀਗਾ ਕਰਨੈਲਕ ਵਿਛਰ ਪਾਰਸ। ਅੱਛਾ, ਨਾਮ ਵੀ ਲੈਂਦੇ ਹੁੰਦੇ ਉਹ? ਬਲਵੰਤ ਰਾਮੂ ਵਾਲੀਆ। ਠੀਕ ਆ ਜੀ। ਹਾਂਜੀ, ਇੱਥੇ ਬਲਵੰਤ ਰਾਮੂ ਵਾਲੇ ਜਸਾ ਹੁੰਦਾ ਸੀਗਾ। ਅੱਛਾ ਜੀ। ਇੱਕ ਤਾਂ ਸੀਗਾ ਕਰਤਾਰ ਮੰਡੀ ਕਲਾ, ਇੱਕ ਚਮਕੌਰ ਸਿੰਘ ਸੇਖੋ ਸੀ। ਠੀਕ ਆ ਜੀ। ਇੱਕ ਬਲਵੰਤ ਰਾਮੂ ਵਾਲੀਆ। ਅੱਛਾ ਜੀ। ਇੱਕ ਮਲਕੀਤ ਮਰੜੀ। ਅੱਛਾ, ਇਹਨਾਂ ਤੋਂ ਗਾਉਣ ਸਿੱਖੇ ਆ ਉਹ? ਕੈਨੇਡਾ ਅਮਰੀਕਾ?
ਅੱਛਾ ਬਾਹਰ ਜਾ ਰਹੇ ਆ ਸਾਰੇ ਲੋਕ, ਕਿੰਨੇ ਕੁ ਪਰਸੈਂਟ ਗਏ ਨੇ ਬਾਹਰ ਪਤਾ ਹੋਵੇ? 80% ਗਏ ਆ ਜੀ। ਅੱਛਾ 80% ਇੱਥੋਂ ਦੇ ਲੋਕ ਜਿਹੜੇ ਬਾਹਰ ਜਾ ਰਹੇ ਹੈਗੇ। ਅੱਛਾ ਠੀਕ ਹੈ, ਤਾਂ ਸ਼ੁਕਰੀਆ ਬਾਪੂ ਜੀ। ਵੈਸੇ ਤੁਹਾਡਾ ਕੀ ਰਿਸ਼ਤਾ ਜੀ ਹਰਭਜਨ ਮਾਨ ਨਾਲ? ਸਾਹਮਣੇ ਘਰ ਵੇਖ ਰਹੇ ਹੋ, ਇਹ ਸਰਦਾਰ ਹਰਭਜਨ ਮਾਨ ਸਿੰਘ ਜੀ ਦਾ, ਸਰਦਾਰ ਹਰਨੇਕ ਸਿੰਘ ਬਲਦ ਉਹਨਾਂ ਦੇ ਪਿਤਾ ਦਾ ਨਾਮ ਸੀਗਾ, ਹੈ ਨਾ ਜੀ? ਹਾਂ, ਹਰਨੇਕ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੀ। ਸਰਦਾਰ ਆਨੰਦ ਸਿੰਘ ਜੀ, ਸਰਦਾਰ ਆਨੰਦ ਸਿੰਘ ਦਾਦਾ ਦਾਦਾ ਸੀਗਾ, ਤੇ ਖੇਮੋਆਣਾ ਉਹਨਾਂ ਦਾ ਪਿੰਡ ਹੈ। 1962 ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਸੀ। ਤੇ ਬਾਪੂ ਜੀ ਪਹਿਲਾਂ ਉਹਨਾਂ ਦਾ ਕੀ ਕੰਮ ਸੀ ਪਤਾ ਕੁਛ? ਕਿ ਖੇਤੀ ਕਰਦੇ ਸੀ? ਉਹਦਾ ਡੈਡੀ ਖੇਤੀ ਕਰਦਾ ਸੀਗਾ। ਅੱਛਾ, ਡੈਡੀ ਖੇਤੀ ਕਰਦੇ ਸੀ। ਮਾਨ ਠੀਕ ਹੈ, ਇੰਟਰਨੈਟ ਟਰੈਕਟਰ ਹੁੰਦਾ ਸੀਗਾ। ਅੱਛਾ ਜੀ, ਹਾਂ ਜੀ ਠੀਕ ਹੈ ਜੀ। ਟਿਊਬਵੈਲ ਲੱਗਿਆ ਹੁੰਦਾ ਸੀਗਾ। ਅੱਛਾ, ਪੁਰਾਣਾ ਟਿਊਬਵੈਲ। ਠੀਕ ਹੈ ਜੀ। ਉਹ ਟਿਊਬਵੈਲ ਦਾ ਪਾਣੀ ਬਹੁਤ ਚੰਗਾ ਸੀਗਾ। ਅੱਛਾ, ਫਸਲ ਬਹੁਤ ਜ਼ਿਆਦਾ ਹੁੰਦੀ ਸੀਗੀ। ਅੱਛਾ, ਕਿੰਨੀ ਕੁ ਮਤਲਬ ਜੱਦੀ ਜਾਇਦਾਦ ਕਿੰਨੀ ਕੁ ਸੀ ਇਹਨਾਂ ਕੋਲ? ਇਹਨਾਂ ਕੋਲ ਹੈਗੀ ਆ ਜੀ 25 ਕਿੱਲੇ। ਅੱਛਾ, 25 ਕਿੱਲੇ। ਹਾਂ ਜੀ ਠੀਕ ਹੈ ਜੀ। ਹਾਂ ਜੀ, ਤਾਂ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤੁਹਾਡਾ। ਤਾਂ ਬਾਈ ਜੀ ਇਹ ਘਰ ਹੈ ਜਿਹੜਾ ਤੁਸੀਂ ਵੇਖ ਰਹੇ ਹੋ, ਇਹ ਹਰਭਜਨ ਮਾਨ ਜੀ ਦਾ ਘਰ ਹੈਗਾ। ਅਕਸਰ ਤੁਸੀਂ ਦੇਖਦੇ ਹੋ ਆਪਣੇ ਸੋਸ਼ਲ ਮੀਡੀਆ ਵੀਡੀਓ ਦੇ ਵਿੱਚ ਆਪਣੇ ਘਰ ਦਾ ਜ਼ਿਕਰ ਕਰਦੇ ਹੁੰਦੇ ਨੇ, ਅਤੇ ਇੱਥੇ ਉਹਨਾਂ ਨੇ ਬਹੁਤ ਸਾਰੇ ਬਲੌਗ ਵੀ ਬਣਾਏ ਨੇ, ਹੈ ਨਾ? ਤਾਂ ਇਹ ਸਾਰਾ ਘਰ ਬਾਪੂ ਜੀ ਕਾ ਬੋਰਡ ਬਾਰੇ ਦੱਸੋਗੇ ਮਾੜਾ ਜਿਹਾ, ਕਿਉਂ ਲਵਾਇਆ ਸੀਗਾ ਇਹ ਬੋਰਡ? ਹਰਭਜਨ ਮਾਨ ਜੀ ਨੇ ਲਵਾਇਆ ਸੀਗਾ ਜਿਹੜਾ ਤੁਸੀਂ ਬੋਰਡ ਵੇਖ ਰਹੇ ਹੋ ਸਾਹਮਣੇ। ਤੇ ਬਾਪੂ ਜੀ ਦੱਸੋਗੇ ਮਾੜਾ ਜਿਹਾ ਵੀ ਕਿਉਂ ਲਵਾਇਆ ਸੀ ਇਹ ਬੋਰਡ? ਇਹਨਾਂ ਦਾ ਕੋਈ ਖਾਸ ਯਾਰ ਦੋਸਤ ਸੀਗਾ, ਆਤਮਾ ਸਿੰਘ ਸਰਪੰਚ। ਅੱਛਾ ਜੀ, ਹਰਨੇਕ ਸਿੰਘ ਮਾਨ ਦਾ ਦੋਸਤ ਸੀਗਾ। ਠੀਕ ਹੈ ਜੀ। ਉਹਨੇ ਜਦੋਂ ਆਹ ਕੰਮ ਕਰਵਾਏ, ਕੰਮ ਕਰਵਾ ਕੇ ਆ ਬੋਰਡ ਲਾਇਆ ਸੀਗਾ। ਅੱਛਾ ਜੀ, ਇੱਥੇ ਇੱਕ ਮਿੱਟੀ ਆਵਾਜ਼ਾਂ ਮਾਰਦੀ ਫਿਲਮ ਬਣੀ ਸੀਗੀ ਇੱਥੇ। ਅੱਛਾ, ਜਿਹੜੀ ਮਿੱਟੀ ਆਵਾਜ਼ਾਂ ਮਾਰਦੀ ਫਿਲਮ ਇੱਥੇ ਬਣੀ ਸੀ? ਇੱਥੇ ਬਣੀ ਸੀਗੀ। ਅੱਛਾ, ਇੱਥੇ ਬਣੀ? ਹਾਂ ਜੀ ਠੀਕ ਹੈ ਜੀ। ਕੁਛ ਘਣੀਆਂ ਸ਼ੂਟਿੰਗ ਲਈ ਸੀਗੀ। ਅੱਛਾ ਜੀ, ਕੁਛ ਇੱਥੇ ਲਈ ਸੀਗੀ ਸ਼ੂਟਿੰਗ, ਕੁਛ ਹੋਰ ਆਸੇ ਪਾਸੇ ਪਿੰਡਾਂ 'ਚ ਲਈ ਸੀਗੀ ਸ਼ੂਟਿੰਗ। ਅੱਛਾ, ਤਾਂ ਮਤਲਬ ਹਰਭਜਨ ਮਾਨ ਦੇ ਪਰਿਵਾਰ ਨੇ ਸਾਰੇ ਕੰਮ ਕਰੇ ਹੋਏ ਆ ਜਿਹੜਾ ਬੋਰਡ ਲਵਾਇਆ ਸੀਗਾ। ਅੱਛਾ, ਪਿੰਡ ਦੇ ਵਿੱਚ ਇਹ ਕੰਮ ਕਰੇ ਸੀ, ਉਦੋਂ ਬਾਅਦ ਜਿਹੜਾ ਬੋਰਡ ਇਹ ਲਵਾਇਆ ਸੀ, ਤੁਸੀਂ ਵੇਖ ਲਓ ਜਿਹੜਾ ਇੱਥੇ ਸਾਰਾ ਕੰਮ ਦਾ ਵੇਰਵਾ ਦਿੱਤਾ ਹੋਇਆਗਾ। ਤੇ ਬਾਕੀ ਜਿਹੜੀ ਇਸ ਪਿੰਡ ਵਿੱਚ ਬਾਪੂ ਜੀ ਦਾ ਕਹਿਣਾ ਵੀ ਜਿਹੜੀ ਮਿੱਟੀ ਆਵਾਜ਼ਾਂ ਮਾਰਦੀ ਉਹ ਫਿਲਮ ਵੀ ਬਣੀ ਸੀ। ਤਾਂ ਦੋਸਤੋ, ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਹੈ ਨਾ? ਤੇ ਲਾਈਕ ਕਰ ਲਿਓ ਤੇ ਫੋਲੋ ਵੀ ਕਰ ਲਿਓ। ਕੀ ਹਾਲ ਨੇ ਬਾਈ? ਵਧੀਆ ਜੀ, ਬਾਈ ਜੀ। ਅੱਛਾ ਬਾਈ, ਹਰਭਜਨ ਮਾਨ ਦਾ ਪਿੰਡ ਇਹੀ ਆ? ਹਾਂਜੀ ਵੀਰੇ, ਇਹੀ ਆ ਜੀ। ਅੱਛਾ, ਤੇ ਬਾਈ ਇੱਥੇ ਪਿੰਡ 'ਚ ਕੋਈ ਚਮਕਦਾ ਨਹੀਂ ਹੈਗਾ, ਕਿਵੇਂ? ਤੁਹਾਨੂੰ ਪਤਾ ਹੀ ਜਦੋਂ ਬੱਚੇ ਜੀ ਬਾਹਰ ਚਲੇ ਜਾਂਦੇ ਜੀ, ਰੁਜ਼ਗਾਰ ਕਾਰੋਬਾਰ ਚੱਲ ਨਹੀਂ ਰਹੇ ਕਿਸੇ ਦਾ ਕੋਈ, ਤੇ ਬਾਹਰ ਤੁਰੇ ਜਾਂਦੇ ਜੀ ਬੱਚੇ। ਕਿੰਨੇ ਕੁ ਬਾਹਰ ਗਏ ਹੋਣ ਇੱਥੋਂ? ਇੱਥੋਂ ਅੱਗੋਂ ਤਕਰੀਬਨ 60% ਬੱਚੇ ਬਾਹਰ ਵਗ ਗਏ ਜੀ। ਅੱਛਾ, 60% ਬਾਹਰ ਜਾ ਰਹੇ ਆ? ਅੱਛਾ, ਹਰਭਜਨ ਮਾਨ ਆਉਂਦਾ ਹੁੰਦਾ ਫਿਰ? ਹਾਂ ਜੀ, ਆ ਜਾਂਦੇ ਜੀ, 5-7 ਮਹੀਨੇ ਬਾਅਦ ਆਉਂਦੇ ਹੁੰਦੇ ਗੇੜਾ ਮਾਰਨ ਕਦੇ। ਕੌਣ ਰਹਿੰਦਾ ਪਰਿਵਾਰ ਉਹਨਾਂ ਦਾ? ਉਹਨਾਂ ਦੀ ਜੀ ਫੈਮਿਲੀ ਮੈਂਬਰ ਮੈਨੂੰ ਤਾਂ ਹਾਲੇ ਨਹੀਂ ਪਤਾ ਹੈਗਾ ਵੀ ਕੌਣ ਕੌਣ ਰਹਿੰਦੇ ਆ, ਬਸ ਜਿਹੜੇ ਨੇ ਕੋਈ ਖਰੀਦੀ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਇਹਨਾਂ ਦਾ ਕੌਣ ਰਹਿੰਦਾ ਜੀ ਕੌਣ ਨਹੀਂ ਰਹਿੰਦਾ, ਹੈ ਨਾ? ਅੱਛਾ, ਮਤਲਬ ਕੁਛ ਰਹਿੰਦੇ ਆ? ਹਾਂਜੀ, ਕੋਈ ਪਰਸੈਂਟ ਰਹਿੰਦੇ ਜਿਵੇਂ ਚਲ ਟੱਚੇ ਤਾਂ ਵਗੈਰਾ ਕੰਮ ਕਹਿੰਦੇ ਜਿਵੇਂ, ਹਾਂਜੀ ਹਾਂਜੀ, ਉਹਨਾਂ ਦੇ ਪਰਿਵਾਰ ਰਹਿੰਦੇ ਜੀ ਆਪ। ਠੀਕ। ਅੱਛਾ ਅੱਛਾ, ਘਰ ਪਏ ਨੇ ਖਾਲੀ ਉਰੇ ਜਿਹੜੇ ਬਾਹਰ ਗਏ ਨੇ ਲੋਕ? ਹਾਂ ਹੈਗੇ ਆ ਜੀ, ਪਿੰਡ ਵਿੱਚ ਬਹੁਤ ਘਰ ਪਏ ਨੇ ਖਾਲੀ ਹਜੇ ਵੀ ਜਿੱਥੇ ਨਹੀਂ ਰਹਿੰਦੇ ਬੱਚੇ ਜਿਹਨਾਂ ਦੇ ਬਾਹਰ ਸੈਟਲ ਹੋ ਗਏ ਨੇ, ਅਤੇ ਫੈਮਿਲੀ ਉਹਨਾਂ ਦੇ ਮਗਰ ਵਗ ਗਏ ਬੱਚੇ ਛੱਡ ਕੇ ਵੀ ਘਰ ਕਿੱਥੇ ਗਏ, ਹੈ ਨਾ? ਹਾਂ, ਇਹ ਗੱਲ ਵੀ ਹੈਗੀ ਆ ਜੀ, ਕਾਰੋਬਾਰ ਬਹੁਤ ਘੱਟ ਚੱਲ ਰਿਹਾ ਜੀ, ਅਤੇ ਬੱਚੇ ਇਸ ਕਰਕੇ ਬਾਹਰ ਜਾ ਰਹੇ ਆ, ਪੜ੍ਹਾਈ ਕੋਈ ਪੜ੍ਹਾਈ ਵਾਸਤੇ ਜਾ ਰਹੇ ਜੀ, ਕੋਈ ਰੁਜ਼ਗਾਰ ਦੇ ਬਾਰੇ ਜਾ ਰਹੇ ਆ। ਅੱਛਾ, ਕੁਛ ਪਤਾ ਬਾਈ ਹਰਭਜਨ ਮਾਨ ਉਹਰੀ ਕਿੰਨੇ ਭਰਾ ਸੀ? ਨਹੀਂ ਜੀ, ਉਹਨਾਂ ਬਾਰੇ ਨਹੀਂ ਮੈਨੂੰ ਪਤਾ ਜੀ। ਅੱਛਾ ਠੀਕ ਹੈ ਬਾਈ। ਤਾਂ ਦੋਸਤੋ, ਇਹ ਸੀ ਪੰਜਾਬੀ ਸਿੰਗਰ ਹਰਭਜਨ ਮਾਨ ਦਾ ਪਿੰਡ। ਤੁਸੀਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਿਆ, ਕਿੰਨੇ ਭੈਣ ਭਰਾ ਸੀ ਇਹਨਾਂ, ਅਤੇ ਕਿਵੇਂ ਉਹਨਾਂ ਨੇ ਜਿਹੜਾ ਗਾਣਾ ਸ਼ੁਰੂ ਕੀਤਾ, ਅਤੇ ਉਹਨਾਂ ਦੀ ਜਿਹੜੀ ਪਿੰਡ ਦੀ ਫਰਨੀ ਆ, ਅਤੇ ਪਿੰਡ ਵਿੱਚੋਂ ਜਿਹੜੇ 80% ਲੋਕ ਉਹ
ਬਾਹਰ ਗਏ ਹੋਏ ਆ, ਕੈਨੇਡਾ ਗਏ ਹੋਏ ਆ। ਹਰਭਜਨ ਮਾਨ ਜੀ 8ਵੀਂ ਜਮਾਤ ਤੋਂ ਬਾਅਦ ਹੀ ਜਿਹੜਾ ਕੈਨੇਡਾ ਚਲੇ ਗਏ ਸੀ, ਜਿਹੜਾ ਗਾਉਣ ਦਾ ਸ਼ੌਂਕ ਉਹਨਾਂ ਨੂੰ ਬਚਪਨ ਦੇ ਵਿੱਚ ਸੀਗਾ। ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਵਧੀਆ ਲੱਗੀ ਤਾਂ ਜੇ ਤੁਸੀਂ ਹਰਭਜਨ ਮਾਨ ਨੂੰ ਪਿਆਰ ਕਰਦੇ ਹੋ। ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਹਰਭਜਨ ਮਾਨ ਹਮੇਸ਼ਾ ਜਿਹੜਾ ਵਧੀਆ ਗੀਤ ਲੈ ਕੇ ਆਉਂਦਾ ਹੈਗਾ। ਤਾਂ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ ਚ ਝਗੜਾ 7.5